ਤੁਹਾਡੇ ਸਾਹਮਣੇ ਵੀਡੀਓ ਹੈ ਫਾਜ਼ਿਲਕਾ ਦੀ ਚੰਡੀਗੜ੍ਹ ਬਸਤੀ ਦੀ, ਜਿੱਥੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਵੇਂ ਗਵਾਂਢੀ ਆਪਣੇ ਗਵਾਂਢੀਆਂ ਦੇ ਘਰ ਇੱਟਾਂ ਰੋੜੇ ਮਾਰ ਰਹੇ ਨੇ, ਗਾਲੀ ਗਲੋਚ ਕਰ ਰਹੇ ਨੇ ਤੇ ਡਾਂਗਾਂ ਨਾਲ ਦਰਵਾਜ਼ੇ ਬਣ ਰਹੇ ਨੇ। ਮਾਰ ਇੱਟ, ਮਾਰ ਇੱਟ, ਤੂੰ ਮਾਰ ਇੱਟ। ਖੜ ਜਾ, ਖੜ ਜਾ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਕੋਈ ਗੱਲ ਨਹੀਂ, ਆ ਵੀਰ ਜੀ ਵੇਖ ਲਓ। ਉਥੀ ਜਾਣਕਾਰੀ ਮੁਤਾਬਕ ਗਵਾਂਢੀਆਂ ਦੇ ਹੋਏ ਇਸ ਝਗੜੇ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਹਮਲਾ ਕਰ ਰਹੇ ਇਹਨਾਂ ਲੋਕਾਂ ਦੇ ਵੱਲੋਂ ਕੰਧ ਟੱਪ ਕੇ ਅੰਦਰ ਵੜ ਕੇ ਇੱਕ ਬਜ਼ੁਰਗ ਮਾਤਾ ਦੇ ਉੱਤੇ ਹਮਲਾ ਕਰ ਦਿੱਤਾ ਗਿਆ, ਜਿਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਉਸਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਇਲਜ਼ਾਮ ਲਗਾਏ ਉਸ ਮ੍ਰਿਤਕ ਬਜ਼ੁਰਗ ਮਹਿਲਾ ਦੇ ਬੇਟੇ ਤੇ ਪਰਿਵਾਰਕ ਮੈਂਬਰਾਂ ਨੇ, ਜਿਨ੍ਹਾਂ ਨੇ ਹੁਣ ਆਪਣੀ ਮਾਂ ਦੀ ਲਾਸ਼ ਨੂੰ ਫਾਜ਼ਿਲਕਾ ਦੇ SSP ਦੇ ਦਫ਼ਤਰ ਦੇ ਬਾਹਰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਤੋਂ ਮੰਗ ਕੀਤੀ ਕਿ ਉਹਨਾਂ ਦੀ ਮਾਂ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ। ਵਿਹੜੇ 'ਚ ਵੜ ਕੇ ਨਾਲ ਟਰੈਕਟਰ ਘਰ ਦੇ ਲਾ ਕੇ ਮੁੰਡੇ ਕਰੇ ਨੇ ਦਿਹਾੜੀ, ਦੱਪੇ ਵਾਲੇ ਮੁੰਡੇ ਨੇ, ਇਹ ਬਾਹਰ ਨੇ ਕੁੜੀਆਂ ਕਰੇ ਨੇ, ਨਿੱਕੇ ਬੱਚੇ ਕਰੇ ਨੇ, ਇਹ ਟਰੋੜਾ ਸ਼ਰੇਆਮ ਚਲਾਇਆ, ਛੜੇਆਮ ਗੰਡਾਸੇ ਮਾਰੇ, ਕੁਹਾੜੀਆਂ ਮਾਰੀਆਂ, ਗਾਲਾਂ ਕੱਢੀਆਂ, ਬਕਾਇਦਾ ਵੀਡੀਓ ਬਣੀ ਹੈ, ਉਹਦੇ 'ਤੇ ਨਹੀਂ ਕੋਈ ਕਾਰਵਾਈ। ਪਹਿਲਾਂ ਇੱਕ ਘੰਟਾ ਪਹਿਲਾਂ ਜਦੋਂ ਲੜਾਈ ਚੱਲਦੀ ਮਨਸੂਬਾ ਬਣਿਆ ਉਦੋਂ ਇਹਨਾਂ ਨੇ ਫੋਨ ਕਰਿਆ, ਵਾਰਦਾਤ ਹੋਣ ਵਾਲੀ ਹੈ, ਤੁਸੀਂ ਸਾਡਾ ਕੋਈ ਪੈਰਵਾਈ ਕਰੋ। ਪੁਲਿਸ ਲਈ ਆਈ, ਸਾਰਾ ਕੁਝ ਹੋਣ ਦੇ ਬਾਵਜੂਦ ਅੱਧਾ ਪੌਣਾ ਘੰਟਾ ਬਾਅਦ ਪੁਲਿਸ ਆਈ ਉੱਥੇ, ਇਹ ਕਿਹੋ ਜਿਹਾ ਕਾਨੂੰਨ ਹੈ। ਉਦੋਂ ਬਾਅਦ ਇਹ ਦੂਸਰੇ ਦਿਨ ਸਾਡੀ ਮਾਈ ਜੇ ਉਹਨਾਂ ਨੂੰ ਸਮਝਾਉਣ ਖਾਤਰ ਗਈ ਵੀ ਇਹ ਜਿਹੜਾ ਜੋ ਹੋਇਆ ਤੁਸੀਂ ਇਸ 'ਤੇ ਮਿੱਟੀ ਪਾਓ, ਸਾਡੇ ਨਾਲ ਵਾਧਾ ਹੋ ਗਿਆ ਘਾਟਾ ਹੋ ਗਿਆ, ਤੁਸੀਂ ਅੱਗੇ ਸੰਭਲ ਕੇ ਰਹਿ ਜਾਓ, ਪਰ ਇਹਨੂੰ ਹੀ ਅੰਦਰ ਵਾੜ ਕੇ ਪਤਾ ਨਹੀਂ ਸਾਨੂੰ ਤਾਂ ਜਿਵੇਂ ਲੜਾਈ ਹੋਈ ਸੀ ਸਰ, ਵੀ ਬੱਚਿਆਂ ਦੀ ਲੜਾਈ ਹੋਈ ਸੀ ਅਤੇ ਉਹ ਘਰ ਕੁੱਟ ਗਏ ਅਤੇ ਬੱਚੇ ਸਾਡੇ ਮੁੰਡੇ ਹੈ ਨਹੀਂ ਗਏ ਸੀ, ਵਹੁਟੀਆਂ ਹੈਗੀਆਂ ਸੀ ਅਤੇ ਉਹਨਾਂ ਦੇ ਘਰ ਵੀ ਆ ਕੇ ਗਲ ਗੁਲ ਪੈ ਗਏ ਅਤੇ ਸਾਡੀ ਮਾਤਾ ਜੀ ਗਈ ਵੀ ਮੇਰੇ ਦੋਹਤਿਆਂ ਦੇ ਘਰੇ ਗਲ ਪਏ ਅਤੇ ਜਾ ਕੇ ਮਾੜਾ ਜਿਹਾ ਸਮਝੌਤਾ ਕਰਨੇ ਵੀ ਹੁਣ ਹੀ ਮੁੰਡੇ ਟਿੱਕ ਜਾਣ ਵੀ ਅਜੇ ਤੋੜੀ ਵੀ ਕਦੀ ਵੱਟੇ ਮਾਰਦੇ ਆ, ਕਦੀ ਕੁਛ ਕਰਦੇ ਆ, ਅਤੇ ਵੀ ਹੁਣ ਚਲ ਮੈਂ ਜਾ ਕੇ ਵੱਡੀ ਜਾਂਦੀ ਹਾਂ ਦੀ, ਅਤੇ ਅਸੀਂ ਰੋਕਿਆ ਹੋਈ ਤਾਂ ਗਈ ਚਲੀ ਅਤੇ ਉਹ ਘਰੇ ਗਈ ਕਿ ਨਹੀਂ ਗਈ ਅਤੇ ਉਹਨਾਂ ਉੱਥੋਂ ਰਾਹ ਤੋਂ ਦਰੋ ਲਿਆ ਸੜਕ ਤੋਂ। ਸੱਟਾਂ ਲੱਗੀਆਂ ਸੀ ਬੋਟੀ 'ਤੇ, ਲੱਗੀਆਂ ਸੀ ਵਾਹ, ਉਹ ਸਾਡੇ ਅਜੇ ਦਾਖਲ ਹੈਗੀ ਬੋਟੀ, ਅਤੇ ਮਾਤਾ ਦੇ ਵੀ ਸੱਟਾਂ ਲੱਗੀਆਂ ਹੋਈਆਂ ਕੋਈ, ਕੀ ਮਾਰਿਆ ਅਸੀਂ ਵੇਖਿਆ ਨਹੀਂ, ਪਤਾ ਨਹੀਂ ਕੀ ਮਾਰਿਆ, ਗੁੱਝੀ ਸੱਟ ਮਾਰੀ ਸੀ। ਉੱਥੇ ਇਸ ਪੂਰੇ ਵਿਵਾਦ 'ਤੇ ਫਾਜ਼ਿਲਕਾ ਦੇ SP ਹੈੱਡਕੁਆਰਟਰ ਕੁਲਦੀਪ ਸ਼ਰਮਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕਰਨਗੇ। ਉਹਦੇ ਬਾਰੇ ਪਤਾ ਨਹੀਂ, ਬੰਦਾ ਬੰਦੇ ਇੱਥੇ ਆਏ ਨੇ, ਕਹਿੰਦੇ ਸੀ ਹੌਸਪੀਟਲ ਗਏ ਸੀ ਮਾਈ ਦੀ ਡੈਥ, ਅੱਗੇ ਵੈਰੀਫਾਈ ਕਰਦੇ ਹਾਂ ਕੀ ਹੋਊਗਾ, ਜੋ ਕਾਨੂੰਨ ਦੇ ਮੁਤਾਬਕ ਵਾਜਬ ਹੋਊਗਾ ਉਹ ਕਰਾਂਗੇ ਅਸੀਂ। 3 ਦਿਨ ਹੋ ਗਏ ਲੜਾਈ ਨੂੰ, ਇਹ ਮੈਨੂੰ ਨਹੀਂ ਪਤਾ, ਮੇਰੇ ਤਾਂ ਹੁਣੀ ਧਿਆਨ 'ਚ ਆਈ ਹੈ, ਮੈਂ ਉਹਦੇ ਮੁਤਾਬਕ ਜੋ ਮੈਨੂੰ ਲੱਗਿਆ ਮੈਂ SHO ਨੂੰ ਡਾਇਰੈਕਸ਼ਨ ਦਿੱਤੀ ਹੈ ਵੀ ਜੋ ਵਾਜਬ ਹੈ ਉਹ ਕਾਰਵਾਈ ਕਰੋ, ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕਰੋ। ਹੁਣ ਖੈਰ ਵੇਖਣ ਵਾਲੀ ਗੱਲ ਹੈ ਕਿ ਪੁਲਿਸ ਜਾਂਚ ਤੋਂ ਬਾਅਦ ਇਸ ਮਾਮਲੇ 'ਤੇ ਕੀ ਸਾਹਮਣੇ ਆਉਂਦਾ ਹੈ ਅਤੇ ਜੇ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ। ਸ਼ਾਪੀ ਬੈਠਾ ਤੇਰਾ ਨਾਮ।